ਧਾਰਾ ਸਾਹਿਬ ਇੱਥੇ ਵੀ ਬਾਬੇ ਨਾਨਕ ਦੇ ਚਰਨ ਪਏ ਅੱਜ ਇੱਥੇ ਮਹਾਰਾਜਾ ਪ੍ਰਕਾਸ਼ ਪਹਿਲਾਂ ਤੁਸੀਂ ਉਹ ਦੱਸਦੇ ਵੀ ਇਹ ਜਿਹੜਾ ਜੇ ਵੀ ਬਹੁਤ ਵੱਡੀ ਗੁਰੂ ਸੀ ਇਹਦੇ ਥੱਲੇ ਸਿੱਧ ਬਹੁਤ ਜ਼ਿਆਦਾ ਰਹਿੰਦੇ ਸੀਗੇ ਇੱਥੇ ਜਦੋਂ ਬਾਬਾ ਨਾਨਕ ਜੀ ਆਏ ਆ ਤਾਂ ਬਾਬੇ ਨਾਨਕ ਨੇ ਜਦੋਂ ਇਹਨਾਂ ਦੀਆਂ ਗੱਲਾਂ ਬਾਤਾਂ ਹੋਈਆਂ ਨਾ ਗੁਰਦੁਆਰਿਆਂ ਅਤੇ ਸਿੱਧ ਜਿਹੜੇ ਸੀ ਬਾਬੇ ਨਾਨਕ ਨੂੰ ਕਹਿ ਲੱਗੇ ਵੀ ਜਿੱਦਾਂ ਤੁਸੀਂ ਸੰਗਤਾਂ ਦੇ ਵਿੱਚ ਜਾਂਦੇ ਹੋ ਕੀ ਉਪਦੇਸ਼ ਕਰਨ ਦਿੰਦੇ ਹੋ ਬਾਬੇ ਨਾਨਕ ਨੇ ਆਖਿਆ ਵੀ ਸਾਡਾ ਉਪਦੇਸ਼ ਇਹ ਆ ਵੀ ਕਿਰਤ ਕਰੋ ਵੰਡ ਛਕੋ ਅਤੇ ਨਾਮ ਛਕੋ ਜਦੋਂ ਵੰਡ ਕੇ ਛਕਣ ਦਾ ਨਾਂ ਆਇਆ ਨਾ ਅਤੇ ਮੈਂ ਸਿੱਧਾ ਨੇ ਇੱਕ ਤਿਲਾਂ ਦਾ ਦਾਣਾ ਦਿੱਤਾ ਬਾਬੇ ਨਾਨਕ ਨੂੰ ਕਹਿ ਲੱਗੇ ਵੀ ਜੇ ਤੁਸੀਂ ਵੰਡ ਕੇ ਛਕਣ ਦੀ ਗੱਲ ਕਰਦੇ ਸਾਨੂੰ ਆ ਵੰਡ ਦਿਉ ਹੁਣ ਉਹ ਦਾਣਾ ਰੀਣਕ ਸੀ ਉਹਨਾਂ ਸੋਚਿਆ ਵੀ ਇਹ ਕਿਹਨੂੰ ਵੰਡ ਦੇਣਗੇ ਅਤੇ ਬਾਬੇ ਨਾਨਕ ਨੇ ਇਹ ਮਰਦਾਂ ਨੇ ਵੀ ਹੁਕਮ ਕੀਤਾ ਕਹਿਣ ਲੱਗਾ ਵੀ ਇਹਨੂੰ ਨਗਰ ਰਗੜ ਕੇ ਇਹਦੇ ਜਾਦੇ ਵਿੱਚ ਪਾ ਕੇ ਅਤੇ ਇਹਨਾਂ ਨੂੰ ਸਭ ਨੂੰ ਪ੍ਰਸ਼ਾਦ ਛਕਾ ਦੇ ਮਰਦਾਨੇ ਜੀ ਨੇ ਜਦੋਂ ਸਭ ਨੂੰ ਪ੍ਰਸ਼ਾਦ ਛਕਾਇਆ ਇਹ ਬਾਬੇ ਨਾਨਕ ਨੇ ਪੁੱਛਿਆ ਵੀ ਹਾਂ ਵੀ ਐਸਾ ਤੁਹਾਡਾ ਕੋਈ ਹੈ ਤਾਂ ਨਹੀਂ ਜਿਹਨੂੰ ਦਿਲ ਦਾ ਪ੍ਰਸ਼ਾਦ ਨਾ ਮਿਲਿਆ ਹੋਵੇ ਕਹਿੰਦੇ ਨਹੀਂ ਜੀ ਸਭ ਨੂੰ ਮਿਲ ਗਿਆ ਵਾ ਹੁਣ ਆਪਾਂ ਹਿਸਾਬ ਲਾਈਏ ਅਤੇ ਬਾਲਟੀ ਪਾਣੀ ਦੇ ਵਿੱਚ ਆਪਾਂ ਇੱਕ ਦਾਣਾ ਵੀ ਖੜਕਾ ਪਾ ਦਈਏ ਸਭ ਨੂੰ ਮਿਲ ਗਿਆ ਫਿਰ ਕਹਿੰਦੇ ਵੀ ਅਸੀਂ ਆ ਪੋਥੀਆਂ ਗ੍ਰੰਥ ਜਿਹੜੇ ਪੜ੍ਹਦੇ ਹਾਂ ਨਾ ਉਹਨਾਂ ਦੇ ਵਿੱਚ ਜ਼ਿਕਰ ਆਉਂਦਾ ਕਿ ਵੀ ਆਉਂਦੇ ਆ 36 ਪ੍ਰਕਾਰ ਦੇ ਭੋਜਨ ਹੁੰਦੇ ਆ ਕਿ ਅਸੀਂ ਕਦੀ ਛਕੇ ਨਹੀਂ ਗਏ ਅਤੇ ਬਾਬਾ ਨੇ ਜੀ ਸਾਨੂੰ ਉਹ ਛਕਾਓ ਉਹ ਟਾਈਮ ਇੱਥੇ ਜੰਗਲ ਹੀ ਹੈਗਾ ਕੋਈ ਸ਼ਹਿਰ ਨਹੀਂ ਸੀ ਕੋਈ ਪਿੰਡ ਨਹੀਂ ਸੀ ਲਾਗੇ ਉਹਨਾਂ ਸੋਚਿਆ ਵੀ ਤਿਲਾਂ ਦਾ ਦਾਣਾ ਨਹੀਂ ਦੇਤਾ ਸਾਡਾ ਸਾਨੂੰ ਇੰਨਾ ਛਕਾ ਦਿੱਤਾ ਉਹ ਰਾਸਣ ਕਿੱਥੋਂ ਲਿਆਉਣਗੇ ਅਤੇ ਕਿੱਥੋਂ ਸਾਨੂੰ 36 ਪ੍ਰਕਾਰ ਦੇ ਭੋਜਨ ਛਕਾਉਣਗੇ ਫਿਰ ਧੰਨ ਧੰਨ ਬਾਬੇ ਨਾਨਕ ਨੇ ਮੇਰੇ ਬੋਲ ਦਿਲ ਦਰਖਤ ਵੱਲ ਮੇਹਰ ਦੀ ਨਿਗਾਹ ਮਾਰੀ ਦੇ ਮੇਹਰ ਦੀ ਨਿਗਾਹ ਮਾਰ ਕੇ ਅਤੇ ਮਰਦਾਨੇ ਜੀ ਨੂੰ ਕਹਿਣ ਲੱਗੇ ਵੀ ਉਹਦੇ ਉੱਤੇ ਤੇਰੇ ਉੱਤੇ ਚੜ ਜਾ ਉੱਤੇ ਚੜ ਕੇ ਇਹਦੀਆਂ ਟਾਹਣੀਆਂ ਨੂੰ ਜ਼ੋਰ ਦੀ ਹਿਲਾ ਦੇ ਮਰਦਾਨੇ ਜੀ ਨੇ ਜਦੋਂ ਜ਼ੋਰ ਦੀ ਟਾਹਣੀਆਂ ਹਿਲਾਈਆਂ ਨਾ ਤਾਂ ਫਿਰ ਉਹ ਤੋਂ 36 ਪ੍ਰਕਾਰ ਦੇ ਭੋਜਨ ਆਏ ਫਿਰ ਜੋ ਵੀ ਉਹਨਾਂ ਮੰਗਿਆ ਸੋ ਹੀ ਉਹਨਾਂ ਨੂੰ ਖਾਣ ਨੂੰ ਮਿਲਿਆ 36 ਪ੍ਰਕਾਰ ਦੇ ਭੋਜਨ ਆਏ ਫਿਰ ਉਹਨਾਂ ਨੂੰ ਛਕਾਏ ਫਿਰ ਉਹਨਾਂ ਇੱਛਾ ਨੂੰ ਪੂਰਨ ਹੋਈ ਉਸ ਸਮੇਂ ਤੋਂ ਇਹ ਪਵਿੱਤਰ ਅਸਥਾਨ ਨੂੰ ਭੰਡਾਰਾ ਸਾਹਿਬ ਆਖਦੇ ਆ ਇੱਥੇ ਸਿੱਖ ਸੰਗਤਾਂ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਰ ਮੱਸਿਆ ਦੇ ਅਤੇ ਅੰਮ੍ਰਿਤ ਵੀ ਸੰਚਾਰ ਦੇ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਥੱਲੇ ਵੀ ਨਾਲ ਚੱਕੀ ਫਿਰਦੇ ਹੋ।